ਸਤਿ ਸ਼੍ਰੀ ਅਕਾਲ ਭਾਈ ਜੀ, ਮੈਂ ਮਨਿੰਦਰ ਮੰਗਾ ਬੋਲਾਂ ਅਤੇ ਇੱਕ ਗੀਤ ਪੇਸ਼ ਕਰਨ ਜਾ ਰਿਹਾ ਜੀ। ਡੈਡੀ ਮੈਨੂੰ ਕਹਿੰਦਾ ਛੱਡ ਕਲਾਕਾਰੀ ਪੁੱਤ, ਇਹਦੇ ਵਿੱਚੋਂ ਮਿਲੇ ਹਨਾ ਕਿਸੇ ਨੂੰ ਵੀ ਕੁਝ। ਡੈਡੀ ਮੈਨੂੰ ਕਹਿੰਦਾ ਛੱਡ ਕਲਾਕਾਰੀ ਪੁੱਤ, ਇਹਦੇ ਵਿੱਚੋਂ ਮਿਲੇ ਹਨਾ ਕਿਸੇ ਨੂੰ ਵੀ ਕੁਝ। ਗੱਲ ਸੁਣ ਮੇਰੇ ਵੱਲ ਕੰਨ ਕਰ ਲੈ, ਸਿੱਧੀ ਨੀਤ ਨਾਲ ਚੰਗਾ ਓਏ, ਸਿੱਧੀ ਨੀਤ ਨਾਲ ਚੰਗਾ ਕੰਮ ਕਰ ਲੈ ਤੂੰ, ਸਿੱਧੀ ਨੀਤ ਨਾਲ ਚੰਗਾ ਕੰਮ ਕਰ ਲੈ ਤੂੰ, ਸਿੱਧੀ ਨੀਤ ਨਾਲ ਚੰਗਾ ਕੰਮ ਕਰ ਲੈ। ਗੀਤ ਛੱਡ ਲਿਖਣਾ ਕੋਈ ਲੱਭ ਕੰਮ ਪਿੰਡ ਚੋਂ, ਰੋਟੀ ਟੋਕਲ ਹੀ ਜਿਹੜਾ ਆਵੇ ਕਰੇ 300। ਗੀਤ ਛੱਡ ਲਿਖਣਾ ਕੋਈ ਲੱਭ ਕੰਮ ਪਿੰਡ ਚੋਂ, ਰੋਟੀ ਟੋਕਲ ਹੀ ਜਿਹੜਾ ਆਵੇ ਕਰੇ 300। ਡਿੱਗਣ ਵਾਲੀ ਤੂੰ ਪੱਕੀ ਕੰਧ ਕੱਢ ਲੈ, ਸਿੱਧੀ ਨੀਤ ਨਾਲ ਚੰਗਾ ਓਏ, ਸਿੱਧੀ ਨੀਤ ਨਾਲ ਚੰਗਾ ਕੰਮ ਕਰ ਲੈ ਤੂੰ, ਸਿੱਧੀ ਨੀਤ ਨਾਲ ਚੰਗਾ ਕੰਮ ਕਰ ਲੈ। ਅੱਗੋਂ ਮੁੰਡਾ ਡੈਡੀ ਜੀ ਨੂੰ ਕੀ ਕਹਿੰਦਾ ਜ਼ਰਾ ਗੌਰ ਨਾਲ ਸੁਣੋ। ਚੜ ਗਿਆ ਗੀਤ ਡੈਡੀ ਮੈਂ ਤੈਨੂੰ ਐਸ਼ ਕਰਵਾ ਦੂੰ, ਪੰਜ ਮੰਜ਼ਲਾਂ ਦੀ ਘਰੇ ਕੋਠੀ ਵੀ ਬਣਾ ਦੂੰ। ਚੜ ਗਿਆ ਗੀਤ ਡੈਡੀ ਐਸ਼ ਕਰਵਾ ਦੂੰ, ਪੰਜ ਮੰਜ਼ਲਾਂ ਦੀ ਘਰੇ ਕੋਠੀ ਵੀ ਬਣਾ ਦੂੰ। ਹੱਥ ਜੋੜ ਤੁਸੀਂ ਫਰਮੈਸ਼ ਕਰ ਲਓ, ਬਾਕੀ ਰਹਿੰਦੀ ਜ਼ਿੰਦਗੀ ਨੂੰ ਓਏ, ਬਾਕੀ ਰਹਿੰਦੀ ਜ਼ਿੰਦਗੀ ਹੈ ਐਸ਼ ਕਰ ਲਓ, ਉਹ ਤੁਸੀਂ ਬਾਕੀ ਰਹਿੰਦੀ ਜ਼ਿੰਦਗੀ ਹੈ ਐਸ਼ ਕਰ ਲਓ। ਹੋ ਮੋਲਾ ਪਿੰਡ ਦਾ ਮੈਂ ਨਾਮ ਉੱਚਾ ਹੈ ਚੜਾਉਣਾ, ਮਨਿੰਦਰ ਮੰਗਾਏ ਨਵਾਂ ਸਿੰਗਰ ਕਹਾਉਣਾ। ਮੋਲਾ ਪਿੰਡ ਦਾ ਮੈਂ ਨਾਮ ਉੱਚਾ ਹੈ ਚੜਾਉਣਾ, ਮਨਿੰਦਰ ਮੰਗਾਏ ਨਵਾਂ ਸਿੰਗਰ ਕਹਾਉਣਾ। ਡੈਡੀ ਮੰਮੀ ਪੂਰੀ ਏ ਖਵਾਇਸ਼ ਕਰ ਲੋ, ਬਾਕੀ ਰਹਿੰਦੀ ਜ਼ਿੰਦਗੀ ਨੂੰ ਓਏ, ਬਾਕੀ ਰਹਿੰਦੀ ਜ਼ਿੰਦਗੀ ਏ ਐਸ਼ ਕਰ ਲੋ, ਉਹ ਤੁਸੀਂ ਬਾਕੀ ਰਹਿੰਦੀ ਜ਼ਿੰਦਗੀ ਏ ਐਸ਼ ਕਰ ਲੋ। ਹੋ ਹਾਂਜੀ ਬਾਈ ਜੀ, ਮੈਨੂੰ ਲੱਗਦਾ ਕਿ ਇਹ ਗੀਤ ਤੁਹਾਨੂੰ ਪਸੰਦ ਆਊਗਾ, ਅਤੇ ਇਸ ਨੂੰ ਤੁਸੀਂ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਬਾਈ ਜੀ। ਥੈਂਕ ਯੂ ਵੀਰੇ, ਆਈ ਲਵ ਯੂ ਸਾਰਿਆਂ ਨੂੰ।